ਜਲੰਧਰ ਦੇ ਲੋਹੀਆਂ ਦੇ ਨੌਜਵਾਨ ਦੀ ਕੰਮ ਕਰਦੇ ਸਮੇਂ ਮਨੀਲਾ ਦੇ ਵਿੱਚ ਚਾਓ ਇਲਾਕੇ ਦੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰਨ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆੜ੍ਹਤੀ ਐਸੋਸੀਏਸ਼ਨ ਲੋਹੀਆਂ ਦੇ ਪ੍ਰਧਾਨ ਜੁੱਗਾ ਸਿੰਘ ਡੋਲ ਨੇ ਦੱਸਿਆ ਕਿ ਉਹਨਾਂ ਦਾ ਭਤੀਜਾ ਰਣਜੀਤ ਸਿੰਘ ਰਾਣਾ ਪੁੱਤਰ ਰੇਸ਼ਮ ਸਿੰਘ ਡੋਲ ਜੋ ਕਿ 2018 ਦੇ ਵਿੱਚ ਮਨੀਲਾ ਸ਼ਹਿਰ ਦੇ ਸਨ ਪਬਲੋ ਦੇ ਵਿੱਚ ਪਰਿਵਾਰ ਸਮੇਤ ਰਹਿ ਕੇ ਵੱਖ ਵੱਖ ਇਲਾਕਿਆਂ ਦੇ ਵਿੱਚ ਕੰਮ ਕਰ ਰਿਹਾ ਸੀ। ਉਹਨਾਂ ਦੱਸਿਆ ਕਿ ਰਣਜੀਤ ਰਾਣਾ ਅੱਜ ਸਵੇਰੇ ਮਨੀਲਾ ਦੇ ਕਸਬੇ ਚਾਓ ਦੇ ਇਲਾਕੇ ਦੇ ਵਿੱਚ ਆਪਣੇ ਕੰਮ 'ਤੇ ਸੀ ਅਤੇ ਪਿੱਛੋਂ ਆ ਰਹੇ ਵਿਅਕਤੀਆਂ ਦੇ ਵੱਲੋਂ ਲਗਾਤਾਰ 5-6 ਫਾਇਰ ਕਰਦੇ ਹੋਏ ਗੋਲੀਆਂ ਚਲਾ ਕੇ ਉਸਦੀ ਹੱਤਿਆ ਕਰ ਦਿੱਤੀ। ਮੇਰਾ ਨਾਮ ਜੁਗਾ ਸਿੰਘ ਡੋਲ ਹੈ ਜੀ, ਮੈਂ ਲੋਹੀਆਂ ਰਹਿਣ ਵਾਲਾ ਹਾਂ। ਮੇਰਾ ਭਤੀਜਾ 2018 ਤੋਂ ਮਨੀਲਾ ਵਿੱਚ ਰਹਿੰਦਾ ਸੀ, ਉੱਥੋਂ ਦੇ ਸ਼ਹਿਰ ਸਨ ਪਬਲੋ ਵਿੱਚ ਰਿਹਾਇਸ਼ ਸੀਗੀ ਅਤੇ ਚਾਓ ਕਸਬੇ ਵਿੱਚ ਕੰਮ ਕਰਦੇ ਸੀ। ਰੋਜ਼ਾਨਾ ਦੀ ਤਰ੍ਹਾਂ ਜਦੋਂ ਕੱਲ੍ਹ ਵੀ ਕੰਮ ਕਰਨ ਗਿਆ ਅਤੇ ਦੁਕਾਨ ਦੇ ਬਾਹਰ ਖੜ੍ਹਾ ਸੀ ਆਪਣੀ ਦਵਾਈ ਲੈਣ ਵਾਸਤੇ, ਅਤੇ ਉੱਥੇ ਉਹਨਾਂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਜੀ। ਇਹ ਖਬਰ ਸਾਨੂੰ ਫੋਨ 'ਤੇ ਮਿਲੀ ਅਤੇ ਜਿਹਦੇ ਕਰਕੇ ਸਾਨੂੰ ਬੜਾ ਦੁੱਖ ਹੋਇਆ। ਇਸ ਕਰਕੇ 33 ਸਾਲ ਦੀ ਉਮਰ ਸੀ, ਕੰਮ ਉੱਥੇ ਫਨਾਫ ਦਾ ਹੀ ਕਰਦੇ ਸਾਰੇ ਪੰਜਾਬੀ ਲੋਕ। ਹਾਂਜੀ, ਵਿਆਹ ਉਹਨਾਂ ਰੱਖਿਆ ਹੋਇਆ ਸੀਗਾ ਜੀ ਫਰਵਰੀ 'ਚ, ਫਰਵਰੀ ਦੇ ਐਂਡ 'ਚ ਵਿਆਹ ਸੀ, ਪਰ ਸਾਰਾ ਇਹ ਜੋ ਖੁਸ਼ੀ ਸੀ ਮਾਤਮ ਵਿੱਚ ਆ ਗਈ ਹੈ ਜੀ। ਸਾਡੇ ਉੱਥੇ 2018 ਵਿੱਚ ਗਿਆ ਸੀ ਬਸ। ਸਾਰਾ ਪਰਿਵਾਰ ਉੱਥੇ ਹੀ ਜੀ? ਹਾਂਜੀ, ਸਾਰਾ ਪਰਿਵਾਰ ਉੱਧਰ ਹੀ ਹੈ ਜੀ। ਅਤੇ ਕੋਈ ਬੋਡੀ ਲਿਆਉਣ ਦੀ ਮੰਗ ਕਰਨੀ ਚਾਹੁੰਦੇ ਹੋ? ਨਹੀਂ ਜੀ, ਉੱਧਰ ਪਰਿਵਾਰ ਉੱਧਰ ਹੀ ਆ, ਸਾਰਾ ਸੰਸਕਾਰ ਉੱਧਰ ਹੀ ਹੋ ਜਾਣਾ ਜੀ। ਇੱਥੋਂ ਦਿਵਾਲੀ ਤੋਂ ਪਹਿਲਾਂ ਆਇਆ ਸੀ, ਦਿਵਾਲੀ ਤੋਂ 2 ਦਿਨ ਪਹਿਲਾਂ ਚਲਾ ਗਿਆ ਇੱਥੋਂ, ਕਹਿੰਦਾ ਸੀ ਮਹੀਨੇ ਬਾਅਦ ਵਾਪਸ ਆਊਂਗਾ, ਪਰ ਪਤਾ ਨਹੀਂ ਸੀ। SMZ ਨਿਊਜ਼ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ। ਜਲੰਧਰ ਦੇ ਲੋਹੀਆਂ ਦੇ ਨੌਜਵਾਨ ਦੀ ਕੰਮ ਕਰਦੇ ਸਮੇਂ ਮਨੀਲਾ ਦੇ ਵਿੱਚ ਚਾਓ ਇਲਾਕੇ ਦੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰਨ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆੜ੍ਹਤੀ ਐਸੋਸੀਏਸ਼ਨ ਲੋਹੀਆਂ ਦੇ ਪ੍ਰਧਾਨ ਜੁੱਗਾ ਸਿੰਘ ਡੋਲ ਨੇ ਦੱਸਿਆ ਕਿ ਉਹਨਾਂ ਦਾ ਭਤੀਜਾ ਰਣਜੀਤ ਸਿੰਘ ਰਾਣਾ ਪੁੱਤਰ ਰੇਸ਼ਮ ਸਿੰਘ ਡੋਲ ਜੋ ਕਿ 2018 ਦੇ ਵਿੱਚ ਮਨੀਲਾ ਸ਼ਹਿਰ ਦੇ ਸਨ ਪਬਲੋ ਦੇ ਵਿੱਚ ਪਰਿਵਾਰ ਸਮੇਤ ਰਹਿ ਕੇ ਵੱਖ ਵੱਖ ਇਲਾਕਿਆਂ ਦੇ ਵਿੱਚ ਕੰਮ ਕਰ ਰਿਹਾ ਸੀ। ਉਹਨਾਂ ਦੱਸਿਆ ਕਿ ਰਣਜੀਤ ਰਾਣਾ ਅੱਜ ਸਵੇਰੇ ਮਨੀਲਾ ਦੇ ਕਸਬੇ ਚਾਓ ਦੇ ਇਲਾਕੇ ਦੇ ਵਿੱਚ ਆਪਣੇ ਕੰਮ 'ਤੇ ਸੀ ਅਤੇ ਪਿੱਛੋਂ ਆ ਰਹੇ ਵਿਅਕਤੀਆਂ ਦੇ ਵੱਲੋਂ ਲਗਾਤਾਰ 5-6 ਫਾਇਰ ਕਰਦੇ ਹੋਏ ਗੋਲੀਆਂ ਚਲਾ ਕੇ ਉਸਦੀ ਹੱਤਿਆ ਕਰ ਦਿੱਤੀ। ਮੇਰਾ ਨਾਮ ਜੁਗਾ ਸਿੰਘ ਡੋਲ ਹੈ ਜੀ, ਮੈਂ ਲੋਹੀਆਂ ਰਹਿਣ ਵਾਲਾ ਹਾਂ। ਮੇਰਾ ਭਤੀਜਾ 2018 ਤੋਂ ਮਨੀਲਾ ਵਿੱਚ ਰਹਿੰਦਾ ਸੀ, ਉੱਥੋਂ ਦੇ ਸ਼ਹਿਰ ਸਨ ਪਬਲੋ ਵਿੱਚ ਰਿਹਾਇਸ਼ ਸੀਗੀ ਅਤੇ ਚਾਓ ਕਸਬੇ ਵਿੱਚ ਕੰਮ ਕਰਦੇ ਸੀ। ਰੋਜ਼ਾਨਾ ਦੀ ਤਰ੍ਹਾਂ ਜਦੋਂ ਕੱਲ੍ਹ ਵੀ ਕੰਮ ਕਰਨ ਗਿਆ ਅਤੇ ਦੁਕਾਨ ਦੇ ਬਾਹਰ ਖੜ੍ਹਾ ਸੀ ਆਪਣੀ ਦਵਾਈ ਲੈਣ ਵਾਸਤੇ, ਅਤੇ ਉੱਥੇ ਉਹਨਾਂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਜੀ। ਇਹ ਖਬਰ ਸਾਨੂੰ ਫੋਨ 'ਤੇ ਮਿਲੀ ਅਤੇ ਜਿਹਦੇ ਕਰਕੇ ਸਾਨੂੰ ਬੜਾ ਦੁੱਖ ਹੋਇਆ। ਇਸ ਕਰਕੇ 33 ਸਾਲ ਦੀ ਉਮਰ ਸੀ, ਕੰਮ ਉੱਥੇ ਫਨਾਫ ਦਾ ਹੀ ਕਰਦੇ ਸਾਰੇ ਪੰਜਾਬੀ ਲੋਕ। ਹਾਂਜੀ, ਵਿਆਹ ਉਹਨਾਂ ਰੱਖਿਆ ਹੋਇਆ ਸੀਗਾ ਜੀ ਫਰਵਰੀ 'ਚ, ਫਰਵਰੀ ਦੇ ਐਂਡ 'ਚ ਵਿਆਹ ਸੀ, ਪਰ ਸਾਰਾ ਇਹ ਜੋ ਖੁਸ਼ੀ ਸੀ ਮਾਤਮ ਵਿੱਚ ਆ ਗਈ ਹੈ ਜੀ। ਸਾਡੇ ਉੱਥੇ 2018 ਵਿੱਚ ਗਿਆ ਸੀ ਬਸ। ਸਾਰਾ ਪਰਿਵਾਰ ਉੱਥੇ ਹੀ ਜੀ? ਹਾਂਜੀ, ਸਾਰਾ ਪਰਿਵਾਰ ਉੱਧਰ ਹੀ ਹੈ ਜੀ। ਅਤੇ ਕੋਈ ਬੋਡੀ ਲਿਆਉਣ ਦੀ ਮੰਗ ਕਰਨੀ ਚਾਹੁੰਦੇ ਹੋ? ਨਹੀਂ ਜੀ, ਉੱਧਰ ਪਰਿਵਾਰ ਉੱਧਰ ਹੀ ਆ, ਸਾਰਾ ਸੰਸਕਾਰ ਉੱਧਰ ਹੀ ਹੋ ਜਾਣਾ ਜੀ। ਇੱਥੋਂ ਦਿਵਾਲੀ ਤੋਂ ਪਹਿਲਾਂ ਆਇਆ ਸੀ, ਦਿਵਾਲੀ ਤੋਂ 2 ਦਿਨ ਪਹਿਲਾਂ ਚਲਾ ਗਿਆ ਇੱਥੋਂ, ਕਹਿੰਦਾ ਸੀ ਮਹੀਨੇ ਬਾਅਦ ਵਾਪਸ ਆਊਂਗਾ, ਪਰ ਪਤਾ ਨਹੀਂ ਸੀ। SMZ ਨਿਊਜ਼ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।